ਤੁਰਦੇ ਕਸਮਿਆਂ ਚ ਅੱਗ ਕੱਢੇ ਪੁੱਤ ਬਲਕੌਰ ਦਾ ਇੱਥੇ ਜਿਉਂਦਾ ਜੀ ਵੀ ਮੂੰਹ ਨਹੀਂ ਉਹ ਖੁੱਲਦਾ ਲਗਾਉਂਦਾ ਜਾਈ ਬਾਬਾ ਕਹਿੰਦਾ ਬੈਠਾ ਸਿਵਿਆਂ ਚ ਅੱਗ ਕੱਢੇ ਪੁੱਤ ਬਲਕੌਰ ਦਾ ਇੱਥੇ ਜਿਉਂਦੇ ਜੀ ਵੀ ਮੂੰਹ ਨਹੀਂ ਉਹ ਖੁੱਲਦਾ ਲਗਾਉਂਦਾ। ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ, ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਅੱਜ ਦੀ ਜਿਸ ਵੀਡੀਓ ਤੇ ਰਿਐਕਟ ਕਰਨ ਜਾ ਰਹੇ ਹਾਂ, ਸੌਂਗ ਦਾ ਨਾਮ ਹੈ ਪ੍ਰਿਜ਼ਨਰ, ਲਿਖਿਆ ਗਿਆ ਤੇ ਕੰਪੋਜ਼ ਕੀਤਾ ਹੈ ਬਾਗੀ ਨੇ ਤੇ ਮਿਊਜ਼ਿਕ ਕੀਤਾ ਹੈ ਜੱਸੀ ਐਕਸ ਨੇ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸਹੀ ਗੱਲ ਆ, ਜਿੰਨਾ ਪੱਗ ਨੂੰ ਚਾਹੀਦਾ ਕਿੱਥੇ ਮਿਲੇ ਸਤਿਕਾਰ। ਤੁਹਾਨੂੰ ਪਤਾ ਫ੍ਰੀ ਆਟੇ ਦਾਲ ਨਾਲ ਕੋਈ ਤਰੱਕੀ ਨਹੀਂ ਹੋ ਸਕਦੀ, ਐਜੂਕੇਸ਼ਨ ਸਿਸਟਮ ਵਧਣਾ ਚਾਹੀਦਾ। ਸੋ ਥੋੜ੍ਹੇ ਜਿਹੇ ਤੁਸੀਂ ਆਪ ਵੀ ਸਿਆਣੇ ਬਣੋ, ਇੱਦਾਂ ਕੰਮ ਨਹੀਂ ਚੱਲਦੇ ਹੁੰਦੇ, ਕਿਉਂਕਿ ਆਟੇ ਦਾਲ ਨਾਲ ਕਦੀ ਵੀ ਤਰੱਕੀ ਨਹੀਂ ਹੋ ਸਕਦੀ। ਆਟਾ ਦਾਲ ਸਕੀਮ ਦਾ ਲਾਲਚ ਦੇ ਕੇ ਤੁਹਾਡੇ ਕੋਲ ਫੇਰ ਵੋਟਾਂ ਲੈ ਜਾਂਦੇ ਆ। ਸੋ ਬਹੁਤ ਸੱਚੀਆਂ ਅਤੇ ਕੌੜੀਆਂ ਗੱਲਾਂ ਕੀਤੀਆਂ ਗਈਆਂ ਵਾ। ਸੋ ਅੱਗੇ ਦੇਖਦੇ ਹਾਂ। ਸਿੱਧੂ ਮੂਸੇ ਵਾਲਾ ਸਿਵਿਆਂ ਚੋਂ ਵੀ ਅੱਤ ਕਰਾਈ ਜਾਂਦਾ ਤੇ ਇੱਥੇ ਲਗਾਉਣ ਦਾ ਮੂੰਹ ਹਲੇ ਤੱਕ ਨਹੀਂ ਖੁੱਲਣ ਡਿਆ। ਸਹੀ ਗੱਲ, ਬੇਖੌਫ ਹੋ ਗਏ, ਇੰਨਾ ਬੇਖੌਫ ਹੋ ਗਏ, ਬੇਝਿਜਕ ਬੋਲਿਆ ਬਾਕੀ। ਤੁਹਾਨੂੰ ਪਤਾ ਵਾ ਲਿਖਣਾ ਗਾਣੇ ਨੂੰ ਸੌਖਾ ਵਾ, ਪਰ ਉਹਨੂੰ ਉਸ ਵੇ ਨਾਲ ਗਾਉਣਾ, ਉਸ ਲਹਿਜੇ ਨਾਲ ਲਿਆਉਣਾ ਅੱਗੇ, ਬਹੁਤ ਵੱਡੀ ਗੱਲ, ਬਹੁਤ ਸੱਚਾਈ ਹੈ ਇਸ ਗਾਣੇ 'ਚ। ਜੇ ਤੁਸੀਂ ਧਿਆਨ ਨਾਲ ਸੁਣੋ ਇਸ ਚੀਜ਼ ਨੂੰ, ਬਹੁਤ ਵਧੀਆ ਬਾਗੀ ਵੀਰ। ਤਗੜਾ ਹੋ ਬਾਗੀ ਹੋਣਾ ਪਰਚਾ ਤਾਂ ਪੱਕਾ, ਉਹਨੂੰ ਪਤਾ ਵਾ ਜਿੰਨਾ ਸੱਚਾਈ ਬੋਲੀ ਗਈ ਹੈ ਇਸ ਗਾਣੇ ਵਿੱਚ, ਪਰਚਾ ਹੋਣਾ ਤਾਂ ਪੱਕਾ ਆ। ਤੁਹਾਨੂੰ ਪਤਾ ਵਾ ਗਾਣਾ ਇੱਕ ਨਹੀਂ, ਗਾਣੇ ਬਹੁਤ ਹੁੰਦੇ ਆ, ਪਰ ਇਹੋ ਜਿਹਾ ਸੱਚਾਈ ਤੇ ਸੱਚਾਈ ਨੂੰ ਬਿਆਨ ਕਰਨ ਵਾਲਾ ਕਦੀ ਕਦਾਈ ਗਾਣਾ ਆਉਂਦਾ, ਤੇ ਜਿਹੜਾ ਗਾਣਾ ਇਹ ਕੋਈ ਕੱਢਦਾ ਵਾ ਉਹਦੀ ਸਪੋਰਟ।
ਅਸੀਂ ਇੱਥੋਂ ਉੱਚੇ ਉੱਠ ਕੇ ਆਪਣੀ ਤਰੱਕੀ ਬਾਰੇ ਸੋਚੀਏ, ਕਿਉਂਕਿ ਆਪਾਂ ਸਾਰੇ ਸਿੱਖ ਭਾਈਚਾਰੇ ਜਾਣ ਸਿੱਖ ਮਜ਼ਹਬੀ ਅਤੇ ਜੱਟ ਰਵਿਦਾਸ ਵੀ ਸਾਰੇ ਇੱਕ ਆ, ਨਾ ਲੜੋ ਜਾਤ ਪਾਤ ਪਿੱਛੇ, ਇਕੱਠੇ ਹੋ ਜਾਓ ਆਪਾਂ ਸਿੱਖ ਹਾਂ। ਸਹੀ ਗੱਲ ਆ, ਆਪਾਂ ਜਾਤਾਂ ਪਾਤਾਂ ਚੱਕਰ ਤੋਂ ਉੱਚੇ ਉੱਠ ਕੇ ਭਾਈਚਾਰਕ ਸਾਂਝ ਨੂੰ ਵਧਾਈਏ। ਸੋ ਬਹੁਤ ਵਧੀਆ ਮੈਸੇਜ ਆ ਵੀ ਇਕੱਠੇ ਹੋ ਕੇ ਰਹੋ, ਸਾਰੇ ਇਕਜੁੱਟ ਹੋ ਕੇ ਰਹੋ, ਐਵੇਂ ਜਾਤਾਂ ਪਾਤਾਂ ਦੇ ਚੱਕਰਾਂ 'ਚ ਨਾ ਲੜੀ ਜਾਓ ਇੱਕ ਦੂਜੇ ਨਾਲ। ਜੇ ਲੰਗਰ ਲਾਈਏ ਤੇ ਇਹਨਾਂ ਲਈ ਚੰਗੇ ਆ, ਤੇ ਜੇ ਆਪਾਂ ਹੱਕ ਮੰਗਣ ਡੈ ਪਈ ਧਰਨਿਆਂ ਤੇ ਬਹਿ ਜਾਈਏ ਤੇ ਫੇਰ ਅਸੀਂ ਅੱਤਵਾਦੀ ਹੋ ਗਏ। ਬਹੁਤ ਸੱਚੀਆਂ ਗੱਲਾਂ ਕੌੜੀਆਂ ਨੇ। ਬਾਗੀ ਦਾ ਬਹੁਤ ਸੋਹਣੀ ਕਲਮ, ਬਹੁਤ ਸੋਹਣਾ ਲਿਖਿਆ, ਬਹੁਤ ਸੋਹਣਾ ਗਾਇਆ, ਬੇਖੌਫ ਕਲਮ ਸੀ। ਬਹੁਤ ਜਿਗਰਾ ਚਾਹੀਦਾ ਇੰਨਾ ਕੁਝ ਲਿਖਣ ਦੀ ਗਾਉਣ ਦੀ। ਬਹੁਤ ਸੋਹਣਾ ਕੰਮ ਕੀਤਾ ਗਿਆ ਬਾਗੀ ਵੱਲੋਂ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਧੰਨਵਾਦ।